उनकी कृपा सारी संत माता जी की जो उपराला लगभग 2 साल तो ही यत्न किया जा रहा थी या उसको भी थोड़ा ज्यादा समा हो गया। माता जी नाल कितनी बार वचन से साझे हुए इस जगह की उसारी का काम करना है। जो कारण बनना थी जो उन्होंने मर्जी थी क्योंकि यत्न तो यही किया गया थी कि उन्होंने होंदे ही ये जगह की उसारी हो जाए, लेकिन जिसका गुरु महाराज को मंजूर थी, लेकिन हर बार उन्होंने कहना हले रुक जाओ हले रुक जाओ। इतने तक कि 2015 इस जगह का नक्शा भी बन के तैयार हो गया। खापड़ गुरपुरब तो आके इतने इस जगह की तैयारी करनी थी, लेकिन खापड़ तो जब मुड़ के आए माता जी नाल तो उन्होंने क्या बच्चे हले रुक जाए उन्होंने जाना 2016 उन्होंने कृपाणा बताया था। उन्होंने पता थी कि विस्तार काम चल रहा है शायद कोई रुकावट ना आ जाए, लेकिन उन्होंने ये यत्न थी कि संगत आंदी है तो संगत को तकलीफ ना हो जाए। संगत प्यार भी इतने रवे उन्होंने वास्ते एक सुंदर जगह हो गए रहन की व्यवस्था एक अच्छे तरीके की जाए तो जी भी संगत बहरों आके रात पुगती है उन्होंने किसी गल की तकलीफ ना हो। उन्होंने विचार से जिस तरह हमी मुगली दीदी कह रहे सन कि इस वक्त संगत जी सड़क से नहीं है, बहुत सारी बिल्डिंग भी समाई गई है या दी पिटरी बैठी है तो यहाँ है बार संगत गली कोई नहीं। तो माता जी का भी यही सी कि यह संगत जदों बरसात होती है या बहुत ज़्यादा ठंड होती है क्योंकि प्रोग्राम जड़े चलते हैं नितनेमा के जड़े सर्दियों के जरिए चलते हैं आप ही देखते हो तो संगत गली बैठी तो वो चाहते सन कि एक ऐसी जगह खुली खुली बन जाए कि संगत जी छत थले हो जाए मौसम की जड़ी मार है उस तो बचा जाए एक ठंड तो भी बचा जाए एक बरसात तो भी बचा जाए। फिर अगों जो प्रोग्राम कई बार संगत प्यार में इतने लंबे प्रोग्राम हो जाते सन कि बार गर्मी भी बड़ी होती थी उस गर्मी तो भी वो कहते बचाव हो जाए। इन्हों सारिया चीज़ों को ध्यान रखते हुए ये भवन की उसारी की गई कि संगत की सहूलियत वास्ते सारिया संगत जड़िया आवन। ये नहीं है कि बाहरों जी संगत आवे जी संगत जेडे दीवान साहब हैं उन्होंने भी हिस्सा लेंदी है उन्होंने भी सुख इतने प्राप्त हो गए। बाकी क्या कि भवन दास ने दास की दसमरता ही नहीं क्योंकि दास ये सच बैठे जानना इतने कि नाल रेंदे हुए अभी 10-10 दिन मैं इस जगह पर नहीं आया
ਕਿਉਂਕਿ ਸੱਚੀ ਜਗ੍ਹਾ ਤੇ ਬਹਿ ਕੇ ਸੱਚੀ ਗੱਲ ਕਰਨੀ ਚੰਗੀ ਹੁੰਦੀ ਹੈ। ਜੇ ਜਗ੍ਹਾ ਬਣਦੀ ਰਹੀ ਤਾਂ 10 ਦਿਨ ਨਹੀਂ ਬਣਿਆ ਇੱਥੇ ਮੈਂ ਅਤੇ ਵਿਚਕਾਰ ਤੁਹਾਨੂੰ ਪਤਾ ਹੈ ਕਿ 1 ਮਹੀਨਾ ਬਾਹਰ ਜਾਣ ਦਾ ਵੀ ਮੌਕਾ ਬਣਿਆ ਅਤੇ ਉਹ ਵੀ ਟਾਈਮ ਵਿੱਚ ਨਹੀਂ ਸੀ। ਲੇਕਿਨ ਇਹ ਜਾਣੋ ਕਿ ਇਹ ਜਿਹੜੀ ਬਖਸ਼ਿਸ਼ ਹੋਈ ਆਪ ਮਾਲਕਾਂ ਦੀ ਕਿਰਪਾ ਹੋਈ, ਇਹ ਬਖਸ਼ਿਸ਼ ਦੁਆਰਾ ਹੀ ਸਾਰਾ ਕੰਮ ਹੋਇਆ ਹੈ, ਕਿਸੇ ਦਾ ਕਿਸਿਆ ਨਹੀਂ ਹੋਇਆ। ਇਹ ਜਿਹੜਾ ਸਾਰਾ ਉਪਰਾਲਾ ਜਿਹੜਾ ਹੋਇਆ ਇਹ ਸੰਤ ਮਾਤਾ ਜੀ ਦੀ ਕਿਰਪਾ, ਸਾਹਿਬ ਸੱਚੇ ਪਾਤਸ਼ਾਹ ਸਤਿਗੁਰ ਸੇਵਾ ਰਾਮ ਸਾਹਿਬ ਜੀ ਦੀ ਕਿਰਪਾ ਨਾਲ। ਮੈਂ ਤਾਂ ਸਮਝਦਾ ਕਿ ਉਹਨਾਂ ਨੇ ਆਪ ਡਿਊਟੀਆਂ ਦੇ ਕੇ ਬਣਵਾਇਆ ਹੈ। ਇਹ ਜਿਹੜੀ ਸੁੰਦਰਤਾ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਉਹਨਾਂ ਦੀ ਕਿਰਪਾ ਨਾਲ। ਸੰਤਾਂ ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਦੀ ਸਦਾਈ ਜੈ। ਅਤੇ ਨਾਲ ਹੀ ਅੱਜ ਇੱਕ ਹੋਰ ਵੱਡੇ ਭੈਣ ਜੀ ਆਪ ਹੀ ਲਾ ਦੇ ਕਿ ਇਹ ਭਵਨ ਮਾਤਾ ਜੀ ਦੀ ਇੱਛਾ ਸੀ, ਮਾਤਾ ਗੁਰਵੀਰ ਕੌਰ ਨਿਵਾਸ ਉਹਨਾਂ ਨੇ ਇਹਨੂੰ ਨਾਂ ਵੀ ਦੇ ਦਿੱਤਾ। ਗੁਰੂ ਮਹਾਰਾਜ ਕਿਰਪਾ ਕਰੇ ਕਿ ਮਾਤਾ ਜੀ ਦੀ ਜਿਹੜੀ ਸਾਨੂੰ ਸਮਝਾਉਣੀ ਸੀ, ਜੋ ਉਹ ਚਾਹੁੰਦੇ ਸਨ ਕਿ ਮੇਰੇ ਬੱਚੇ ਬਣਨ, ਉਹਨਾਂ ਦਾ ਆਸ਼ੀਰਵਾਦ ਸਾਨੂੰ ਮਿਲਿਆ ਅਤੇ ਉਹਨਾਂ ਦੀ ਕਿਰਪਾ ਨਾਲ ਹੀ ਸਾਡੇ ਸਿਰ 'ਤੇ ਇਹ ਛੱਤ, ਹੁਣ ਇਸ ਛੱਤ ਥੱਲੇ ਬਹਿ ਕੇ ਜੋ ਉਹ ਚਾਹੁੰਦੇ ਸਨ ਕਿ ਮੇਰੇ ਬੱਚੇ ਨਾਮ ਜਪਣ, ਨਾਮ ਸਿਮਰਨ ਕਰਨ, ਅਸੀਂ ਇਸ ਜਗ੍ਹਾ ਨੂੰ ਕਾਮਯਾਬ ਇਸ ਤਰ੍ਹਾਂ ਬਣਾਉਣਾ ਹੈ ਕਿ ਇਹ ਜਗ੍ਹਾ ਮਿਲੀ ਹੈ ਅਤੇ ਇਦੋਂ ਜਿਹੜੀ ਫਲਦਾਇਕ ਕਹਿੰਦੇ ਹਾਂ ਨਾ ਅਸੀਂ, ਫਲਦਾਇਕ ਕਿਸ ਤਰ੍ਹਾਂ ਹੋਏਗੀ। ਉਹਨਾਂ ਨੇ ਤਾਂ ਕਿਰਪਾ ਕਰ ਦਿੱਤੀ ਅਤੇ ਫਲ ਪ੍ਰਾਪਤ ਅਸੀਂ ਕਰਨਾ, ਫਲ ਪ੍ਰਾਪਤ ਕਰਨ ਦਾ ਅਤੇ ਫਿਰ ਉਹਨਾਂ ਜਿਹੜਾ ਦੱਸਿਆ ਕਿ ਆਓ ਬੈਠੋ ਨਾਮ ਸਿਮਰਨ ਕਰੋ। ਲੇਕਿਨ ਇੱਕ ਗੱਲ ਅੱਜ ਸਾਂਝੀ ਹੋਰ ਕਰਾਂਗਾ ਕਿ ਮਾਤਾ ਜੀ ਦਾ ਜਦੋਂ ਇਹ ਜਗ੍ਹਾ ਬਣਨ ਲੱਗੀ ਤੇ ਉਹਨਾਂ ਦੇ ਮਨ ਵਿੱਚ ਸ਼ਾਇਦ ਇੱਕ ਵਿਚਾਰ ਆਇਆ ਕਿ ਕਿੱਥੇ ਬਾਬਾ ਜਿਹੜਾ ਕਮਰਾ ਹੈ ਬਾਬਾ ਜੀ ਦਾ ਉਹਦੇ ਅੰਦਰ ਸ਼ਿਫਟ ਨਹੀਂ ਹੋ ਜਾਏਗਾ। ਤੇ ਮੈਂ ਕਿਹਾ ਜੀ ਬਿਲਕੁਲ ਵੀ ਐਸਾ ਵਿਚਾਰ ਮਨ ਵਿੱਚ ਨਹੀਂ ਹੈਗਾ। ਉਹਨਾਂ ਨੇ ਵਚਨ ਕੀਤਾ ਕਿ ਜਦੋਂ ਤੱਕ ਅਸੀਂ ਬੈਠੇ ਹਾਂ ਤੇ ਮੇਰੇ ਹੁੰਦਿਆਂ ਤੇ ਕਰਨਾ ਨਹੀਂ। ਮਗਰ ਜੀ ਤੁਹਾਡੇ ਹੁੰਦਿਆਂ ਕਿ ਅਸੀਂ ਆਪਣੇ ਮਨ ਇੱਕ ਦੋਨਾਂ ਨੇ ਪ੍ਰਣ ਕੀਤਾ ਕਿ ਬਈ ਇਤਨਾ ਵੱਡਾ ਪਰਿਵਾਰ ਸੀ, ਘਟਦਿਆਂ ਘਟਦਿਆਂ ਦੋ ਹੀ ਰਹਿ ਗਏ। ਅਗਰ ਇੱਧਰੋਂ ਸ਼ਿਫਟ ਕਰਦੇ ਤਾਂ ਸਾਡੀ ਸਾਨ ਕਿਹਦੇ ਨਾਲ? ਇਸ ਕਰਕੇ ਜਦੋਂ ਤੱਕ ਅਸੀਂ ਹਾਂ ਬਾਬਾ ਜੀ ਦਾ ਕਮਰਾ ਉੱਥੇ ਹੀ ਰਹੇਗਾ, ਕਿਉਂਕਿ ਉਹਨਾਂ ਨੇ ਸਾਹਿਬ ਮਹਾਰਾਜ ਹੁਣੀ ਕਹਿੰਦੇ ਸਨ ਕਿ ਸਾਡਾ ਨਿਵਾਸ ਸਥਾਨ ਹੈ। ਉਹਨਾਂ ਨੇ ਡੇਰਾ ਨਹੀਂ ਕਿਹਾ ਲੇਕਿਨ ਇੱਕ ਸਾਂਝ ਬਣੀ ਕਿ ਉਹਨਾਂ ਦੇ ਹੀ ਵਚਨ ਨੇ। ਲੇਕਿਨ ਸੰਗਤ ਨਾਲ ਜਿਹੜੀ ਸਾਂਝ ਪਈ, ਇਹ ਜਿਹੜੀ ਕਹਿੰਦੇ ਨਾ ਭਾਈਚਾਰਾ ਰਿਸ਼ਤੇਦਾਰੀ ਸਤਰਾ ਜੀ ਨੇ, ਜਿਸ ਤਰ੍ਹਾਂ ਦੱਸਿਆ ਕਿ ਗੁਰਸਾਈਆਂ ਨੂੰ ਮਾਣ ਹਮੇਸ਼ਾ ਦਿੱਤਾ ਜਾਂਦਾ ਹੈ ਅਤੇ ਸਾਡੇ ਤੇ ਰਿਸ਼ਤੇਦਾਰ ਵੀ ਇਹ ਗੁਰਭਾਈ, ਭੈਣ ਭਰਾ ਵੀ ਇਹ ਗੁਰਭਾਈ, ਅਤੇ ਸਾਂਝ ਸਾਡੀ ਜਿਹੜੀ ਹੈ ਰਿਸ਼ਤਿਆਂ ਨਾਲ ਵੀ, ਖੂਨ ਦੇ ਰਿਸ਼ਤਿਆਂ ਨਾਲ ਵੀ। ਇਹ ਜਿਹੜਾ ਸੱਚਾ ਰਿਸ਼ਤਾ ਸਾਹਿਬ ਮਹਾਰਾਜ ਨੂੰ ਵੀ ਬਣਾ ਕੇ ਅਤੇ ਉਸ ਰਿਸ਼ਤੇ ਨਾਲ ਸਾਡੀ ਸਾਂਝ ਸਭ ਤੋਂ ਅੱਗੇ ਉਹਨੂੰ ਕੀਤਾ। ਜਦੋਂ ਤੱਕ ਅਸੀਂ ਹਾਂ ਅਤੇ
ਉੱਥੇ ਹਨ। ਉਸ ਤੋਂ ਬਾਅਦ ਚੀਜ਼ ਬੱਚਿਆਂ ਦੀ ਹੈ, ਅੱਗੋਂ ਬੱਚੇ ਮਾਲਕ ਹਨ, ਜੋ ਚਾਹਣਗੇ ਉਸ ਤੋਂ ਹੋਏਗਾ। ਲੇਕਿਨ ਸਾਡੇ ਦੋਨਾਂ ਦੇ ਰਹਿੰਦਿਆਂ ਜਿਹੜਾ ਹੈ ਬਾਬਾ ਜੀ ਦਾ ਕਮਰਾ, ਕਿਉਂਕਿ ਥਾਂ ਹੀ ਸਾਡੇ ਜਿਹੜੀ ਬਣੀ ਹੈ ਉਸੇ ਕਰਕੇ ਹੈ। ਗੁਰੂ ਮਹਾਰਾਜ ਕਿਰਪਾ ਕਰੀ, ਇਹ ਜਿਹੜਾ ਸਥਾਨ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਆ ਹੈ, ਇਹਨੂੰ ਵੀ ਅਸੀਂ ਵੱਧ ਚੜ੍ਹ ਕੇ ਦੇਖ ਲਓ ਸੇਵਾ ਲਈਏ, ਅਤੇ ਜਿਹੜੀਆਂ ਸੰਗਤਾਂ ਆਵਣ ਆਪਣੀ ਲੋੜ ਅਨੁਸਾਰ, ਜਿਸ ਤਰ੍ਹਾਂ ਉਹਨਾਂ ਦਾ ਚਿਤ ਕਰੇ, ਕਿਉਂਕਿ ਇਸ ਭਵਨ ਉੱਤੇ ਸਭ ਦਾ ਬਰਾਬਰ ਅਧਿਕਾਰ ਹੈਗਾ, ਕਿਉਂਕਿ ਇਹ ਜਿਹੜੀ ਜਗ੍ਹਾ ਹੈਗੀ ਇਹ ਸੰਗਤ ਦੀ ਜਗ੍ਹਾ ਹੈਗੀ, ਅਤੇ ਇਸ 'ਤੇ ਤੂੰ ਸੰਗਤ ਦਾ ਅਧਿਕਾਰ ਹੈਗਾ, ਅਤੇ ਇਸ ਨੂੰ ਸਭ ਆਪਣਾ ਜਾਣ ਦੇਵੇ, ਆਪਣਾ ਸੋਚ ਕੇ ਇਹਦੀ ਸੇਵਾ ਕਰਨੀ। ਕਦੇ ਮਨ 'ਚ ਇਹ ਵਿਚਾਰ ਨਾ ਆਵੇ ਕਿ ਇਹ ਭਵਨ ਸਾਡਾ ਨਹੀਂ ਹੈਗਾ, ਇਹ ਨਿੱਜੀ ਤੌਰ 'ਤੇ ਸੰਗਤ ਦਾ ਹੀ ਹੈਗਾ, ਅਤੇ ਸੰਗਤ ਦੀ ਚੀਜ਼ ਹੈ, ਅਤੇ ਸੰਗਤ ਨੇ ਮਿਲ ਕੇ ਹੀ ਇਸ ਸਥਾਨ ਦੀ ਸੰਭਾਲ ਕਰਨੀ ਹੈ। ਗੁਰੂ ਮਹਾਰਾਜ ਕਿਰਪਾ ਕਰੇ, ਇਹ ਜਿਹੜਾ ਖੁਸ਼ੀਆਂ ਵਾਲਾ ਮੌਕਾ ਜੀਵਨ ਲਈ ਸਾਡੇ ਬਣਿਆ, ਗੁਰੂ ਮਹਾਰਾਜ ਕਿਰਪਾ ਬਣਾਈ ਰੱਖੇ, ਅਤੇ ਆਪਣੀ ਮਿਹਰ ਭਰਿਆ ਸਮੂਹ ਸੰਗਤ 'ਤੇ ਰੱਖੀ ਰੱਖੇ। ਇਤਨਾ ਹੀ ਕਹਿੰਦੇ ਅਰਦਾਸ, ਇੱਥੇ ਸੰਤੋਸ਼ ਕਰੇਗਾ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਦੀ ਸਦਾਈ ਜੈ। ਸਾਧ ਸੰਗਤ ਜੀ, ਸੰਤ ਸਾਹਿਬ ਮਹਾਰਾਜ ਜੀ ਆਪ ਆਏ ਤੇ ਸੰਤ ਮਾਤਾ ਜੀ ਦਾ ਹੱਥ ਫੜੇ ਹੋਏ ਹੈ। ਆਪ ਜੀ ਆ ਰਹੇ ਸੰਤਾਂ ਦੇ ਵਿੱਚ, ਕਹਿੰਦੇ ਨੇ ਜਗ੍ਹਾ ਬੜੀ ਖਰੀ ਬਣਾਈ, ਬੜੀ ਸੋਹਣੀ ਜਗ੍ਹਾ ਬਣਾਈ ਨੇ ਸੰਗਤਾਂ ਵਾਸਤੇ, ਜਿਹਨੂੰ ਸੰਗਤਾਂ ਹੋ ਜਾ ਮਨ। ਤਾਰਿਆ ਜਾਣ ਲੈ ਆਏ